ਜੇ ਪੁਲਿਸ ਚਾਹੇ ਪ੍ਰਸ਼ਾਸਨ ਚਾਹੇ ਤਾਂ ਅੱਜ ਇੱਕ ਘੰਟੇ ਦੇ ਵਿੱਚ ਮੈਂ ਦੋਸ਼ੀ ਪਤਾ ਲੱਗ ਸਕਦਾ। ਗੁੰਡਿਆਂ ਬਾਰੇ ਕਿਹਾ ਗਿਆ ਵੀ ਉਹਨਾਂ ਨੂੰ ਪਕੜਿਆ ਜਾਏ, ਉਹ DSP ਰਾਜਪੁਰਾ ਹੱਥ ਲਾ ਗਿਆ। ਕੱਲ੍ਹ ਵੀ ਮੈਂ ਕਿਹਾ SHO ਨੂੰ ਫੋਨ ਕਰਿਆ, ਉਹ ਪੂਰੇ ਮੂਰਤੀ ਆਈ ਹੋਈ ਆ ਵੀ ਦੁਬਾਰੇ ਕੋਈ ਉਹ ਨਾ ਹੋ ਜਾਏ। ਉਹਦਾ ਇਸ ਤਰ੍ਹਾਂ ਠੰਡੇ ਹੋ ਕੇ ਪੈ ਗਏ ਵੀ ਜਦੋਂ ਅਸੀਂ ਜ਼ਰੂਰ ਪਹਿਰਾ ਰੱਖੇ ਕਰਾਂਗੇ ਜਦ ਤੱਕ ਟਾਈਮ ਚਾਹੀਦਾ, ਰਾਤ ਦੇ 12 ਵਜੇ ਕੋਈ ਗੇੜਾ ਮਾਰਦਾ ਅਸੀਂ ਸਭ ਨੂੰ ਕਰਾਂਗੇ ਵੀ ਆਪਣਾ ਆਪਣਾ ਯੋਗਦਾਨ ਪਾਓ, ਸਾਨੂੰ ਪੁਲਿਸ ਦਾ ਤਬਾਰ ਨਹੀਂ ਹੈਗਾ। ਮੇਰਾ ਨਾਮ ਹੰਸ ਰਾਜ ਪ੍ਰਧਾਨ, ਡਾਕਟਰ ਅੰਬੇਦਕਰ ਬਾਲਵੀ ਸਭਾ, ਰਜਿਸਟਰ ਰਾਜਪੁਰਾ। ਇਹ ਜਿਹੜੀ ਬਾਬਾ ਸਾਹਿਬ ਦੀ ਮੂਰਤੀ ਤਾਂ ਚਲੋ ਪਹਿਲਾਂ ਵੀ ਸੀਗੀ, ਉਹ ਖੰਡਰ ਕੁਛ ਬਦਮਾਸ਼ਾ ਕਰਨੀ ਤੋਂ ਹੋ ਗਈ ਸੀਗੀ, ਜਿਹੜੀ ਕਿ ਉਹਨਾਂ ਦੇ ਜਿਹੜੇ ਅੰਗ ਕੱਟਿਆ ਗਿਆ ਸੀਗਾ ਪਹਿਲੇ ਸੀਗੀ, ਜਿਹੜੀ ਮੂਰਤੀ ਉਹਨਾਂ ਦਾ ਜਿਹੜਾ ਸਿਰ ਭੰਨਿਆ ਗਿਆ ਸੀਗਾ, ਤਾਂ ਉਸਦੀ ਵੀ ਜਿਹੜੀ ਬਾਰੀ ਚੱਲਦੀ ਰਹੀ, ਤਾਂ ਜਿਹੜੇ ਸ਼ਰਾਰਤੀ ਸੀਗੇ ਉਹਨਾਂ ਦਾ ਅੱਜ ਤੱਕ ਪਤਾ ਲੱਗ ਸਕਿਆ। ਜਿਹੜੀ ਦੂਜੀ ਜਿਹੜੀ ਮੂਰਤੀ ਸੀਗੀ ਸਾਡੇ ਮਾਣਯੋਗ MLA ਸਾਹਿਬ ਰਾਜਪੁਰਾ ਨੇ ਆਪਣੇ ਪੱਲੋਂ ਲਵਾ ਕੇ ਸਾਡਾ ਜਿਹੜਾ ਮਾਨ ਰੱਖਿਆ ਸੀਗਾ ਸਮਾਜ ਦਾ, ਉਹ ਫਿਰ ਕੁਛ ਸ਼ਰਾਰਤੀ ਅਨਸਰ ਨੇ ਆ ਕੇ ਉਸਦੀ ਜਿਹੜੇ ਉਂਗਲੀ ਜਿਹੜੀ ਸਟੈਚੂ ਦੀ ਵਰਤੀ ਸੀਗੀ, ਜੋ ਕਿ ਉਹਨਾਂ ਨੇ ਫਿਰ ਸਾਡਾ ਜਿਹੜਾ ਸਮਾਜ ਦੇ ਉੱਪਰ ਜਿਹੜਾ ਦੁੱਖ ਪਹੁੰਚਾਉਣ ਦੀ ਕੋਸ਼ਿਸ਼ ਕਰੀ ਆ ਔਰ ਪਹੁੰਚਾਈ ਵੀ ਹੈ। ਉਸ ਤੋਂ ਬਾਅਦ ਫਿਰ ਸਾਰੇ ਸਮਾਜ ਦੇ ਬੰਦਿਆਂ ਨੇ 11 ਮੈਂਬਰੀ ਕਮੇਟੀ ਬਣੀ ਆਈ, 11 ਮੈਂਬਰੀ ਕਮੇਟੀ ਬਣਨ ਤੋਂ ਬਾਅਦ ਉੱਥੇ ਇਹੀ ਫੈਸਲਾ ਹੋਇਆ ਗਿਆ ਕਿ ਆਪਾਂ ਪੈਸਾ ਜਿਹੜਾ ਹੈਗਾ ਉਹਨੂੰ ਹੁਣ ਆਪਾਂ ਆਪਣੇ ਸਮਾਜ ਤੋਂ ਇਕੱਠਾ ਕਰਕੇ ਜਿਹੜਾ ਸਟੈਚੂ ਬਣਾਉਣਾ ਆਪਾਂ ਨੇ ਉਹ ਤੀਸਰੇ ਦੁਆਰਾ ਜਿਹੜਾ ਬਣਿਆ ਜਾਏਗਾ ਉਹ ਲਖਨਊ 'ਚ ਮੰਗਵਾਇਆ ਜਾਏਗਾ। ਅਤੇ ਫਿਰ ਜਿਹੜੀ ਹੁਣ ਦੁਆਰਾ ਜਿਹੜਾ ਸਟੈਚੂ ਹੁਣ ਲੱਗਣ ਜਾ ਰਿਹਾ ਹੈਗਾ 12-11 ਫੁੱਟ ਦਾ ਸਟੈਚੂ ਹੈ, ਇਹ ਸਮਾਜ ਦੇ ਜਿਹੜੇ ਸਾਡੇ ਹੈਗੇ ਆ ਚਾਹੇ ਉਹ ਦਿਹਾੜੀਦਾਰ ਹੈ, ਚਾਹੇ ਉਹ ਸਫਾਈ ਕਰਮਚਾਰੀ ਹੈ, ਚਾਹੇ ਉਹ ਕਿਸੇ ਘੱਟ ਲੱਗੇ ਹੋਏ ਮੁਲਾਜ਼ਮ, ਉਹਨਾਂ ਨੇ ਇਹ ਪੈਸਾ ਦੇ ਕੇ ਸਾਨੂੰ ਸਾਡਾ ਮਾਨ ਰੱਖਿਆ ਔਰ ਇਹ ਮੂਰਤੀ ਜਿਹੜੀ ਰਾਜਪੁਰੇ ਦੇ ਵਿੱਚ ਆਈ ਹੈ। ਔਰ ਮਾਨਯੋਗ MLA ਸਾਹਿਬ ਨੇ ਵੀ ਸਾਨੂੰ ਇਹੀ ਕਿਹਾ ਗਿਆ ਸੀ, ਉਹਨਾਂ ਨੂੰ ਵੀ ਇਹੀ ਕਿਹਾ ਵੀ ਸਾਡੇ ਸਮਾਜ ਵੱਲੋਂ ਉਹਨਾਂ ਨੇ ਫਿਰ ਕਿਹਾ ਵੀ ਜਿਹੜਾ ਪੂਰੇ ਦਾ ਖਰਚਾ ਹੋਏਗਾ ਥੜੇ ਦਾ, ਉਹਨਾਂ ਨੇ EO ਸਾਹਿਬ ਨੂੰ ਸਾਫ਼ ਲਾ ਚੁੱਕਿਆ ਵੀ ਜੋ ਵੀ ਪੱਥਰ ਲੱਗੇਗਾ ਜਾਂ ਜੋ ਵੀ ਇਹਨਾਂ ਨੂੰ ਡੈਕੋਰੇਸ਼ਨ ਕਰਨੀ ਆ ਦੇ ਜਿੱਤੋਗੇ, ਇਹਨਾਂ ਦਾ ਖਰਚਾ ਕਰੋ, ਇਹਨਾਂ ਨੂੰ ਪੁੱਛਣ ਦੀ ਕੋਈ ਲੋੜ, ਜੋ ਵੀ ਇਹ ਕਰਾਉਣਗੇ ਉਹਨਾਂ ਨੂੰ ਕਰਾਈ ਜਾਣ। ਪ੍ਰਧਾਨ ਜੀ, 2 ਵਾਰੀ ਪਹਿਲਾਂ ਖੰਡਿਤ ਹੋ ਚੁੱਕੀ ਮੂਰਤੀ ਜਿਹੜੀ ਹੁਣ ਲਾਣ ਲੱਗੇ ਆ, ਇਹ ਦੇਖ ਰਹੇ ਤੁਹਾਡੀ ਆਪ, ਤੁਸੀਂ ਤੁਹਾਡੀ ਆਪ ਹੋਏਗੀ ਜਾਂ ਪ੍ਰਸ਼ਾਸਨ ਕਰੇਗਾ ਜੀ? ਦੇਖੋ ਬਾਤ ਇਹ ਆ, ਪ੍ਰਸ਼ਾਸਨ ਕਾਰਨ ਮੈਨੂੰ ਰਵੱਈਆ ਹੀ ਠੀਕ ਨਹੀਂ ਲੱਗਦਾ। ਕਾਰਨ ਵੀ ਅਸੀਂ ਇਤਨੀ ਬੜੀ ਲੜਾਈ ਲੜੀ ਹੈ, ਗੁੰਡਿਆਂ ਬਾਰੇ ਕਿਹਾ ਗਿਆ ਵੀ ਉਹਨਾਂ ਨੂੰ ਪਕੜਿਆ ਜਾਏ, ਉਹ DSP ਰਾਜਪੁਰਾ ਹੱਥ ਲਾ ਗਿਆ, ਹੁਣ ਦੁਬਾਰਾ ਨਵਾਂ DSP ਰਾਜਪੁਰਾ ਆਇਆ, ਉਹਨੂੰ ਕਮ ਸੇ ਕਮ 4 ਵਾਰੀ ਫੋਨ ਕਰ ਲਿਆ, ਉਹਨੂੰ ਤਾਂ ਕੋਈ ਸੁਣਾਈ ਸੁਣੀ ਤਾਂ ਹੋਈ ਨਹੀਂ, ਨਾ ਹੀ ਕੋਈ ਮੁਲਾਜ਼ਮ ਭੇਜਿਆ ਜਾ ਰਿਹਾ ਉਹਨਾਂ ਵੱਲੋਂ। ਮੈਂ ਤਾਂ SDM ਸਾਹਿਬ ਰਾਜਪੁਰਾ ਨੂੰ ਵੀ ਫੋਨ ਕਰਿਆ, ਕੱਲ੍ਹ ਵੀ ਮੈਂ ਕਿਹਾ SHO ਨੂੰ ਫੋਨ ਕਰਿਆ, ਉਹ ਗੁੰਗੇ ਜੇ ਬਣ ਕੇ ਬੈਠੇ, ਬੋਲੇ ਜੇ ਬਣ ਕੇ ਵੀ ਕੋਈ ਉਰੇ ਮੂਰਤੀ ਆਈ ਹੋਈ ਆ ਵੀ ਦੁਬਾਰੇ ਕੋਈ ਉਹ ਨਾ ਹੋ ਜਾਏ। ਉਹਦਾ ਇਸ ਤਰ੍ਹਾਂ ਠੰਡੇ ਹੋ ਕੇ ਪੈ ਗਏ ਵੀ ਜਦੋਂ ਕਹਿੰਦੇ ਉਹਨੂੰ ਕੋਈ ਲੋੜ ਨਹੀਂ, ਮੈਨੂੰ ਤਾਂ ਲੱਗਦਾ ਵੀ ਇਹਨਾਂ ਨੂੰ ਸਭ ਕੁਝ ਪਤਾ ਆ ਵੀ ਜਿਹੜੇ ਗੁੰਡੇ ਆ ਵੀ ਇਹਨਾਂ ਨੂੰ ਵੀ ਕੱਲ੍ਹ ਨੂੰ ਇਹ ਤਾਂ ਸੋਚ ਰਹੇ ਵੀ ਸਾਡੇ ਪਾਸ ਫਿਰ ਮੁਸੀਬਤ ਆ ਗਈ, ਜਿਹੜਾ ਪੁਲਿਸ ਕਰ ਵੀ ਆਇਆ ਉਹਨਾਂ ਤਾਂ ਇਹੀ ਹੋ ਗਈ ਫਿਰ ਦੁਬਾਰਾ ਮੁਸੀਬਤ ਨਾ ਆ ਗਈ ਉਰੇ ਮੂਰਤੀ। ਅਸੀਂ ਇਸ ਕਰਕੇ ਆਪਣੇ ਜਿਹੜਾ ਸਮਾਜ ਆ ਸਾਡੇ ਚਾਹੇ ਮੁੰਡੇ ਦੋ ਕੋਈ ਵੀ, ਅਸੀਂ ਜ਼ਰੂਰ ਪਹਿਰਾ ਰੱਖੇ ਕਰਾਂਗੇ ਜਦ ਤੱਕ ਟਾਈਮ ਚਾਹੀਦਾ, ਰਾਤ ਦੇ 12 ਵਜੇ ਕੋਈ ਗੇੜਾ ਮਾਰਦਾ ਅਸੀਂ ਸਭ ਨੂੰ ਕਰਾਂਗੇ ਵੀ ਆਪਣਾ ਆਪਣਾ ਯੋਗਦਾਨ ਪਾਓ, ਸਾਨੂੰ ਪੁਲਿਸ ਦਾ ਤਬਾਰ ਨਹੀਂ ਹੈਗਾ। ਕਿਉਂਕਿ ਅਫਸਰ ਜਦ ਫੋਨ ਨਹੀਂ ਚੱਕ ਰਹੇ, DSP ਨਵਾਂ ਆ ਗਿਆ, ਉਸ ਨੂੰ ਚਾਹੀਦਾ ਤਾਂ ਵੀ ਅਸੀਂ ਉਰੇ ਡਿਊਟੀ 10 ਮਿੰਟ ਲਾ ਕੇ ਜਾਈਏ, ਪਤਾ ਕਰੀਏ ਸਮਾਜ ਦੇ ਬੰਦੇ ਬੈਠੇ ਆ, ਉਹ ਆ ਗਿਆ ਰਾਜਪੁਰੇ ਦਾ ਮੁੱਖ ਬਣ ਕੇ ਬੈਠ ਗਿਆ, ਮੈਨੂੰ ਨਹੀਂ ਜੱਜ ਉਹਨਾਂ ਦੀ ਗੱਲ ਕੋਈ ਨਹੀਂ। ਹੁਣ ਮੂਰਤੀ ਨਵੀਂ ਲੱਗ ਗਈ, ਪੁਰਾਣੀ ਮੂਰਤੀ ਖੰਡਿਤ ਹੋਈ ਗਈ ਹੈ, ਖੰਡਿਤ ਹੋ ਗਈ ਸੀ ਉਹ ਕਰਾਂਗੇ, ਪਰ ਸਾਨੂੰ ਕੋਈ ਇੱਕ ਦੋ ਪਿੰਡਾਂ 'ਚੋਂ ਫੋਨ ਆਇਆ ਵੀ ਅਸੀਂ ਜਿਹੜੀ ਹੈ ਉੱਥੇ ਲਵਾਉਣਾ ਜਾ ਰਹੇ ਹਾਂ, ਕਿਉਂਕਿ ਜਿਹੜੀ ਰਿਪੇਅਰਿੰਗ ਕਰਕੇ ਅਸੀਂ ਮਾਨਯੋਗ ਸਾਡੇ EO ਸਾਹਿਬ ਆ ਰਾਜਪੁਰਾ ਉਹਨਾਂ ਨੂੰ ਅਸੀਂ ਬੇਨਤੀ ਕਰੀ ਉਹ ਕਰੇ ਵੀ ਸਾਡੇ ਉੱਥੇ ਰੁਕਵਾ ਕੇ ਆਪਾਂ ਇਹਦੀ ਰਿਪੇਅਰ ਕਰਾਂਗੇ,
ਜਿਹੜਾ ਵੀ ਕੋਈ ਪਿੰਡ ਸ਼ਹਿਰ ਦਾ ਕੋਈ ਲੈਣਾ ਚਾਹੇ ਆ ਉਹ ਲੈ ਸਕਦਾ ਹੈ। ਜਿਹੜੀ ਪਹਿਲਾਂ ਖੰਡਿਤ ਹੋਈ ਮੂਰਤੀ ਉਹਦੇ ਦੋਸ਼ੀ ਹੁਣ ਤੱਕ ਨਹੀਂ ਫੜੇ ਗਏ, ਉਹਦੇ ਬਾਰੇ ਤੁਸੀਂ ਹੁਣ ਮਤਲਬ ਕੀ ਕਹਿਣਾ ਚਾਹੁੰਦੇ? ਮੈਂ ਤਾਂ ਆਪ ਕਹਿ ਰਿਹਾ ਕਿ ਦੋਸ਼ੀ ਦਾ ਕਿਸੇ ਨੇ ਸਾਡੇ ਥੋੜੀ ਫੜ ਲਿਆ, ਉਹ ਤਾਂ ਪੁਲਿਸ ਪ੍ਰਸ਼ਾਸਨ ਦਾ ਕੰਮ ਆ। ਪੁਲਿਸ ਪਕੜੇ ਔਰ ਪੁਲਿਸ ਉਰੇ ਤੱਕ ਨਹੀਂ ਆ ਰਹੀ ਵੀ ਇਤਨਾ ਬੜਾ 11-12 ਫੁੱਟ ਦਾ ਸਟੈਚੂ ਆਇਆ ਔਰ ਇਤਨੀ ਬੜੀ ਉਰੇ ਜੰਗ ਚੱਲੀ 2 ਮਹੀਨੇ ਚੱਲੀ, ਉਹ ਜਿਹੜਾ ਨਹੀਂ ਪ੍ਰਸ਼ਾਸਨ ਨੂੰ ਉਹਨਾਂ ਦੇ ਕੰਨ ਜ਼ਰੂਰ ਨਹੀਂ ਸੁਣਾ ਰਹੀ ਮੇਰੇ ਖਿਆਲ ਮੈਂ, ਉਹ ਨਾ ਪਹਿਲਾਂ ਪਕੜੇ ਗਏ ਨਾ ਦੂਜੇ, ਹੁਣ ਤੀਜੇ ਵਾਰੀ ਸਾਨੂੰ ਆਪ ਹੀ ਜਿਹੜੀ ਹੈ ਪਹਿਰੇਦਾਰੀ ਦੇਣੀ ਪੈਗੀ, ਪੁਲਿਸ ਕੇ ਸਾਨੂੰ ਅਸੀਂ ਤਬਾਰ ਨਹੀਂ ਕਰਦੇ। ਇਹ ਥੋੜੀ ਮੀਟਿੰਗ ਵੀ ਕਈ ਵਾਰੀ ਹੋ ਚੁੱਕੀ 11-ਮੈਂਬਰੀ ਕਮੇਟੀ ਦੀ, ਹੋ ਚੁੱਕੀ। DSP ਰਾਜਪੁਰ ਜਿਹੜੇ ਲੱਗ ਕੇ ਗਏ ਹੁਣ ਬਦਲ ਗਏ, ਉਹਨੇ ਹੱਥ ਲਾ ਤਿਆ, ਹੁਣ ਜਿਹੜੇ ਨਵੇਂ ਆਏ ਆ ਉਹਨਾਂ ਨੂੰ ਕੱਲ 4 ਵਾਰੀ ਫੋਨ ਕਰਿਆ, 1 ਵਾਰੀ ਜਵਾਬ ਨਹੀਂ ਆਇਆ। ਫਿਰ ਵਾਪਸੀ ਮੈਂ SDM ਸਾਹਿਬ ਨੂੰ ਫੋਨ ਕਰਿਆ, ਉਹ ਕਹਿੰਦੇ ਮੈਂ ਹੁਣੇ ਕਰਦਾ, ਅੱਜ ਤੱਕ ਫੋਰਸ ਨਹੀਂ ਲੱਗੀ ਹੁਣ ਤੱਕ। ਨਹੀਂ ਤੁਹਾਨੂੰ ਕਿਹਾ ਲੱਗਦਾ ਪੁਰਾਣੇ ਦੋਸ਼ੀ ਫੜੇ ਨਹੀਂ ਜਾਣਗੇ ਹੁਣ ਤੱਕ? ਦੇਖੋ ਪਕੜੇ ਜਾਣਗੇ ਜੇ ਪੁਲਿਸ ਚਾਹੇ, ਜੇ ਪੁਲਿਸ ਚਾਹੇ ਪ੍ਰਸ਼ਾਸਨ ਚਾਹੇ ਤਾਂ ਅੱਜ 1 ਘੰਟੇ ਦੇ ਵਿੱਚ ਮੈਂ ਦੋਸ਼ੀ ਪਤਾ ਲੱਗ ਸਕਦਾ। ਇਹਨਾਂ ਨੂੰ ਫੀਮ ਭੁੱਕੀ ਵਾਲੇ ਦਾ ਪਤਾ ਲੱਗ ਜਾਂਦਾ, 2 ਨੰਬਰੀਆਂ ਦਾ ਪਤਾ ਲੱਗ ਜਾਂਦਾ, ਪਰ ਜਿਹੜੇ ਇਹੋ ਜਿਹੇ ਲੜਾਈ ਜਿਹੜਾ ਸ਼ਹਿਰ ਦਾ ਮਾਹੌਲ ਖਰਾਬ ਕਰਦੇ ਆ ਉਹਨਾਂ ਦਾ ਹਜੇ ਇਹਨਾਂ ਨੂੰ ਕੁਛ ਨਹੀਂ ਪਤਾ। ਇਹ ਲੱਗਦਾ ਕਿ ਦਲਿਤ ਸਮਾਜ ਨਾਲ ਧੱਕਾ ਕਰਿਆ ਜਾਂਦਾ ਜੀ? ਧੱਕਾ ਤਾਂ ਮੇਰੇ ਖਿਆਲ ਮੈਂ ਤਾਂ ਉਹ ਤਾਂ ਹੋ ਹੀ ਰਿਹਾ, ਪਰ ਪੁਲਿਸ ਜਿਹੜੀ ਹੈ ਨਾ ਸਮਾਜ ਨੂੰ ਕੁਛ ਸਮਝ ਨਹੀਂ ਆ ਰਹੀ ਕਹਿੰਦੀ ਚਲੋ ਇਹ ਗਰੀਬ ਲੋਕ ਆ ਇਹਨੇ ਕਾਹਨੂੰ, ਕੋਈ ਚੰਗੇ ਬੰਦੇ ਦਾ ਹੋਵੇ ਜੇ ਕੁੱਤਾ ਵੀ ਮਰ ਜਾਏ ਜਾਂ ਕੁੱਤਾ ਵੀ ਚੱਕਿਆ ਜਾਏ ਨਾ ਤਾਂ ਜਦੋਂ ਫੋਨ ਕਰਕੇ ਨਾ ਸਾਰੀ ਫੋਰਸ ਉੱਥੇ ਨੂੰ ਲੱਗ ਜਾਂਦੀ ਆ ਵੀ ਪਹਿਲਾਂ ਇਹਨਾਂ ਨੂੰ ਇਨਸਾਫ ਦਿਆ ਜਾਏ। ਲੜਾਈ ਸਾਡੀ ਜਾਰੀ ਰਹੇਗੀ, ਲੜਾਈ ਨਹੀਂ ਭੁੱਲਾਂਗੇ ਅਸੀਂ, ਲੜਾਈ ਜਾਰੀ ਰਹੇਗੀ ਜਦ ਤੱਕ ਸਾਨੂੰ ਇਨਸਾਫ ਨਹੀਂ, ਜਦ ਤੱਕ ਬੰਦੇ ਨਹੀਂ ਪਕੜੇ ਜਾਣੇ। ਅਸੀਂ ਉਹ ਅਫਸਰ ਬੁਲਾਵਾਂਗੇ, ਪੁਰਾਣੇ ਅਫਸਰ ਬੁਲਾਵਾਂਗੇ ਜਿਨ੍ਹਾਂ ਦੀ ਰਹਿਣ ਵਿੱਚ ਇਹ ਕੰਮ ਹੋਇਆ ਆ। ਹੁਣ ਕੈਮਰੇ ਲਗਾਏ ਜਾਣਗੇ ਤੁਹਾਡੇ ਵੱਲੋਂ? ਕੈਮਰੇ ਅਸੀਂ ਇੱਕ ਵਾਰੀ SDM ਸਾਹਿਬ ਨੂੰ ਹੋਰ ਗੱਲ ਕਰਾਂਗੇ, ਅੱਜ ਗੱਲ ਕਰਾਂਗੇ ਵੀ ਉਹਨਾਂ ਦੇ ਕੈਮਰਾ ਦੀ ਦੇਖਭਾਲ ਪੂਰੀ ਤੋਂ ਪ੍ਰੋਪਰ ਅਸੀਂ ਚੈੱਕ ਕਰਾਂਗੇ ਅੱਜ, ਜੇ ਨਹੀਂ ਹੁੰਦਾ ਫਿਰ ਅਸੀਂ ਸਾਰੇ ਇਕੱਠੇ ਹੋਗਾ ਇੱਕ ਵਾਰੀ ਇਹਨਾਂ ਦਾ ਜਿਹੜਾ ਧਰਨਾ ਲਗਾਇਆ ਜਾਏ। ਠੀਕ ਹੈ। ਭਾਰਤ ਜੈਤੀ, ਅੱਜ ਜਿਹੜੀ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੀ ਉਰੇ ਮੂਰਤੀ ਸਥਾਪਨਾ ਹੋ ਰਹੀ ਹੈ, ਇਹ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਬੜੀ ਮੂਰਤੀ ਹੈ ਜਿਹੜੀ ਅੱਜ ਰਾਜਪੁਰੇ ਸ਼ਹਿਰ ਦੇ ਵਿੱਚ ਲੱਗਣ ਜਾ ਰਹੀ ਹੈ। ਸਾਨੂੰ ਦੱਸਿਆ ਪ੍ਰਧਾਨ ਹੰਸ ਰਾਜ ਜੀ ਨੇ ਵੀ ਪਹਿਲਾਂ ਵੀ ਦੋ ਵਾਰ ਉਰੇ ਮੂਰਤੀ ਖੰਡਨ ਕੀਤੀ ਗਈ ਹੈ, ਹੁਣ ਇਹ ਤੀਸਰੇ ਵਾਰ ਸਭ ਤੋਂ ਬੜਾ ਸਟੈਚੂ ਜਿਹੜਾ ਕਿ ਸਾਰੇ ਹੀ ਸਮਾਜ ਕੇ ਨੇ ਆਪਣੇ ਬਲਬੂਤੇ ਨਾਲ ਆਪਣੇ ਹੀ ਪੈਸੇ ਨਾਲ ਬਣਾਇਆ ਜਾ ਰਿਹਾ ਅਤੇ ਇਹ ਉਰੇ ਲਗਾਇਆ ਜਾ ਰਿਹਾ। ਅਸੀਂ ਇਸਦੇ ਸ਼ਹਿਰ ਵਾਸੀਆਂ ਦਾ ਵੀ ਅਤੇ ਅਸੀਂ ਆਪਣੇ ਜਿਨ੍ਹਾਂ ਨੇ ਇਹ ਸਾਰਾ ਸਹਿਯੋਗ ਦਿੱਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ।